ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਫਾਸਟ ਵੇ ਸੰਦੇਸ਼। ਅੱਜ ਅਸੀਂ ਪਹੁੰਚੇ ਹਾਂ ਡਿਸਟ੍ਰਿਕਟ ਗੁਰਦਾਸਪੁਰ ਹਲਕਾ ਡੇਰਾ ਬਾਬਾ ਨਾਨਕ ਦੇ ਪਿੰਡ ਧਿਆਨਪੁਰ, ਜਿੱਥੇ ਕਿ ਆਮ ਪਾਰਟੀ ਵੱਲੋਂ ਮਨਰੇਗਾ ਦਾ ਕੰਮ ਬਹੁਤ ਹੀ ਸੁਚੱਜੇ ਢੰਗ ਦੇ ਨਾਲ ਮੌਜੂਦ ਹਨ। ਫੱਲੀ ਭਾਰਤਵਾਜ ਜੀ, ਆਓ ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰਦੇ ਹਾਂ। ਸਾਡੇ ਜੋ ਮੈਂਬਰ ਨੇ ਮਨਰੇਗਾ ਦੇ, ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰ ਰਹੇ ਹਾਂ, ਕਰਦੇ ਹਾਂ ਵੀ ਕੀ ਨਾਲੇ ਦੇ ਕਿਸ ਤਰ੍ਹਾਂ ਤੁਹਾਨੂੰ ਪੈਸੇ ਅਕਾਊਂਟ 'ਚ ਆਉਂਦੇ ਨੇ, ਕਿੰਨੇ ਦਿਨ ਬਾਅਦ ਆਉਂਦੇ ਨੇ, ਕਿੰਨੇ ਤੋਂ ਕਿੰਨੇ ਤੁਹਾਡੀ ਛੁੱਟੀ ਹੁੰਦੀ ਆ, ਲੰਚ ਟਾਈਮ ਤੁਹਾਡਾ ਕੀ ਆ, ਆਓ ਆਪਾਂ ਉਹਨਾਂ ਦੇ ਨਾਲ ਗੱਲਬਾਤ ਕਰ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਅੱਛਾ ਸਰ, ਤੁਸੀਂ ਮਨਰੇਗਾ ਦਾ ਕੰਮ ਕਿੱਦਾਂ ਦਾ ਸ਼ੁਰੂ ਕਰਾਇਆ ਇੱਥੇ? ਸਾਨੂੰ ਲਗਭਗ ਹੋ ਗਿਆ ਜੀ ਕੋਈ ਮਹੀਨੇ ਤੋਂ ਉੱਪਰ ਹੀ ਹੋ ਗਿਆ। ਅੱਛਾ, ਮਹੀਨੇ ਤੋਂ ਉੱਪਰ ਹੋ ਗਿਆ। ਹਾਂਜੀ ਹਾਂਜੀ। ਅਤੇ ਜਿਹੜੇ ਇਹਨਾਂ ਦੇ ਅਕਾਊਂਟਾਂ 'ਚ ਪੈਸੇ ਆਉਂਦੇ ਆ, ਉਹ ਕਿੰਨੀ ਦਿਹਾੜੀ ਆਉਂਦੀ ਆ? ਉਹ 300 ਅਤੇ 300 ਰੁਪਏ ਆਉਂਦੇ ਸਰ। ਅੱਛਾ ਜੀ, ਅਤੇ ਹਫ਼ਤੇ ਬਾਅਦ ਆ ਜਾਂਦੇ? ਹਾਂਜੀ ਹਾਂਜੀ ਹਾਂਜੀ। ਅੱਛਾ ਜੀ, ਅਤੇ ਸਰ ਆਪਾਂ ਪੁੱਛਣਾ ਚਾਹੁੰਦੇ ਹਾਂ ਕਿ ਇੱਥੇ ਧਿਆਨਪੁਰ ਦੇ ਵਿੱਚ ਮਨਰੇਗਾ ਦਾ ਕੰਮ ਕਿੱਥੇ ਕਿੱਥੋਂ ਤੱਕ ਹੁਣ ਤੱਕ ਸਫਾਈ ਹੋ ਚੁੱਕੀ ਆ? ਇਹ ਸਰ ਆਪਾਂ ਮੰਦਰ ਤੋਂ ਸ਼ੁਰੂ ਕਰਕੇ ਅਤੇ ਸਾਰੇ ਪਿੰਡ ਦੇ ਆਲੇ ਦੁਆਲੇ ਸ਼ਮਸ਼ਾਨ ਘਾਟਾਂ ਦੇ ਵਿੱਚ, ਕੋੜੀ ਰੋਡ ਦੇ ਉੱਤੇ। ਅੱਛਾ ਜੀ। ਅਤੇ ਆਪਣਾ ਸਕੂਲ ਰੋਡ 'ਤੇ ਸਾਰਾ ਹੀ ਗਰਾਊਂਡ ਦੇ ਵਿੱਚ, ਅਤੇ ਬਾਕੀ ਮੰਦਰ ਦੇ ਚਾਰ ਚੁਫੇਰੇ ਅਤੇ ਜਿਹੜਾ ਕਬਰਾਂ ਵਿੱਚ। ਅੱਛਾ ਜੀ। ਹਾਂਜੀ, ਕਬਰਾਂ ਵਿੱਚ ਕਰਾਤਾ ਸਾਰਾ, ਕਰਾਤਾ ਜੀ। ਠੀਕ ਹੈ ਜੀ। ਅਤੇ ਹੁਣ ਤੁਸੀਂ ਇੱਧਰ ਬਾਗ ਵਾਲੀ ਸਾਈਡ 'ਤੇ ਕੰਮ ਕਰਵਾ? ਹਾਂਜੀ, ਕੋਲੀ ਰੋਡ 'ਤੇ ਕੰਮ ਕਰਵਾ। ਆਮ ਆਦਮੀ ਪਾਰਟੀ ਵੱਲੋਂ ਮਨਰੇਗਾ ਦਾ ਕੰਮ ਬੜੇ ਹੀ ਵਧੀਆ ਤਰੀਕੇ ਦੇ ਨਾਲ ਧਿਆਨਪੁਰ ਦੇ ਵਿੱਚ ਚੱਲ ਰਿਹਾ ਹੈ। ਆਓ ਆਪਾਂ ਤੁਹਾਨੂੰ ਲਾਈਵ ਤਸਵੀਰਾਂ ਦਿਖਾਉਂਦੇ ਹਾਂ। ਸਤਿ ਸ਼੍ਰੀ ਅਕਾਲ ਆਂਟੀ ਜੀ। ਸਤਿ ਸ਼੍ਰੀ ਅਕਾਲ ਜੀ। ਅੱਛਾ ਆਂਟੀ ਜੀ, ਕਿੰਨੇ ਦਿਨ ਹੋ ਗਏ ਇੱਥੇ ਮਨਰੇਗਾ ਦਾ ਕੰਮ ਤੁਹਾਡਾ ਸ਼ੁਰੂ ਹੋਏ? ਇੱਥੇ ਪੌਣੇ 2 ਮਹੀਨੇ ਹੋ ਚੱਲੇ ਆ। ਅੱਛਾ, ਪੌਣੇ 2 ਮਹੀਨੇ ਹੋ ਚੱਲੇ ਆ। ਅਤੇ ਕਿੰਨੇ ਵਜੇ ਆਉਂਦੇ ਸਵੇਰੇ ਤੁਸੀਂ? 9 ਵਜੇ। ਅੱਛਾ, 9 ਵਜੇ ਆਉਂਦੇ ਜੇ। ਅਤੇ ਰੋਟੀ ਖਾਣ ਦਾ ਟਾਈਮ ਜਿਹੜਾ ਉਹ ਕਿੰਨੇ ਵਜੇ ਦਾ ਤੁਹਾਡਾ? ਉਹ 12 ਵਜੇ ਚਾਹੀਦਾ। 12 ਤੋਂ ਫਿਰ 2 ਵਜੇ ਆਈਦਾ ਕਿ ਜਾਂ ਕਿੱਦਾਂ? 3 ਵਜੇ। ਨਹੀਂ, ਰੋਟੀ ਖਾ ਕੇ ਕਿੰਨੇ ਵਜੇ ਆ ਜਾਂਦੇ ਤੁਸੀਂ ਕੰਮ ਦੇ? 2 ਘੰਟੇ। 2 ਘੰਟੇ ਬਾਅਦ ਤੁਸੀਂ ਆ ਜਾਂਦੇ ਹਨਾ? ਤੇ 5 ਵਜੇ ਜਾਂਦੇ ਫਿਰ? ਹਾਂ, 5 ਵਜੇ। ਤੇ ਦਿਹਾੜੀ ਪੂਰੀ ਪ੍ਰੋਪਰ ਮਿਲਦੀ? ਹਾਂਜੀ, ਪੂਰੀ ਮਿਲਦੀ। ਅੱਛਾ, ਕਿ ਹਫ਼ਤੇ ਬਾਅਦ ਆਉਂਦੇ ਪੈਸੇ, ਕਿੰਨੀ ਦਿਹਾੜੀ ਕਿੰਨੀ ਆਉਂਦੀ ਆ? 300-300 ਰੁਪਏ ਦਿਹਾੜੀ ਆਉਂਦੀ ਆ। ਤੇ ਹਫ਼ਤੇ ਬਾਅਦ ਆ ਜਾਂਦੇ ਨਾ ਅਕਾਊਂਟ 'ਚ? ਕੋਈ ਗਲਤ ਨਹੀਂ, ਕੋਈ ਦਿੱਕਤ ਪਰੇਸ਼ਾਨੀ? ਖਾਣ ਪੀਣ ਦਾ ਹੀ ਪੁੱਛ ਲਓ। ਖਾਣ ਪੀਣ ਨੂੰ ਕੋਈ? ਪਰ ਜਿਹੜੇ ਸਾਡੇ ਆਮ ਪਾਰਟੀ ਦੇ ਸੀਨੀਅਰ ਆਗੂ ਨੇ ਫੱਲੀ ਭਾਰਤਵਾਜ ਜੀ, ਖਾਣ ਪੀਣ ਨੂੰ ਵਗੈਰਾ ਵਗੈਰਾ ਸਾਰਾ ਕੁਝ ਦਿੰਦੇ ਤੁਹਾਨੂੰ? ਠੀਕ ਹੈ। ਲੱਡੂ ਮਿਲਦੇ ਆ, ਬਰਫੀਆਂ ਮਿਲਦੀਆਂ? ਲੱਡੂ ਮਿਲਦੇ, ਬਰਫੀਆਂ ਮਿਲਦੀਆਂ, ਸਭ ਕੁਝ ਮਿਲਦੇ, ਲੱਡੂ ਬਰਫੀਆਂ। ਠੀਕ ਹੈ ਜੀ। ਹਾਂਜੀ ਬੱਬੂ ਜੀ,